ਸਾਨੂੰ ਅਸਲ ਦੇ ਵਿੱਚ ਸਮਝਣਾ ਚਾਹੀਦਾ ਵੀ ਸਾਰੇ ਮਸਲੇ ਕਿਉਂ ਉਪਜੇ ਆ, ਕਿਉਂਕਿ ਗੁਲਾਮੀ ਹੈ। ਜਿੱਦਣ ਇੱਥੋਂ ਪਾਰ ਆਸ ਜਗ੍ਹਾ ਤੋਂ ਪਾਰ ਗੋਰਿਆਂ ਦੀ ਫੌਜ ਲੰਘੀ ਸੀ ਨਾ, ਇਹ ਮੁਸ਼ਕਲਾਂ ਉਦੋਂ ਸ਼ੁਰੂ ਹੋ ਗਈਆਂ ਸੀ। ਇਹ ਉਦਣ ਖਤਮ ਹੋਣੀਆਂ ਜਿੱਦਣ ਹਿੰਦੁਸਤਾਨ ਦੀ ਫੌਜ ਉਧਰੋਂ ਇੱਧਰ ਵਾਪਸ ਜਾਊਗੀ ਅਤੇ ਸਾਡੀ ਖਾਲਸੇ ਦੀ ਫੌਜ ਇੱਥੇ ਰਾਜ ਕਰੂਗੀ। ਸਮਾਂ ਆਵੇਗਾ, ਸਾਰੀ ਦੁਨੀਆਂ ਤੇ ਰਾਜ ਕਰਨਾ ਸਿੱਖ ਹਿੰਦੁਸਤਾਨ ਤਾਂ ਗੱਲ ਹੀ ਕੁਝ ਨਹੀਂ, ਜ਼ਰੂਰ ਕੰਗ ਰਾਜ ਹੋਵੇਗਾ, ਪਰ ਸਮੇਂ ਨਾਲ ਕਾਲੇ ਮਤੇ ਆਪਣੀ ਮੰਜ਼ਿਲ ਨਾਲ ਤੁਰੇ ਚੱਲੋ ਅਤੇ ਜਦੋਂ ਤੁਰਾਂਗੇ ਰਾਸਤਾ ਜ਼ਰੂਰ ਪੈਂਦਾ ਜਿਹੜਾ ਤੈਅ ਹੋਵੇਗਾ। ਜੇ ਦੋ ਸਿੱਖ ਰਾਜ ਕਾਇਮ ਕਰ ਸਕਦੇ, ਦੋ ਕਰੋੜ ਨੂੰ ਉਸ ਰਾਜ ਨੂੰ ਕੀ ਲੋੜ ਪੈ ਗਈ ਹੈ।